ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਦੋਹਰਾ ਮਹਾਂਵੀਰ ਅਗਨੀ ਅਗਨੀਏ ਤਨ ਅਰ ਮਨ ਜਾਰਤ ਬ੍ਰਿੰਦ ਜੋਤ ਨਾਮ ਕੋ ਏਕ ਹੈ ਤਨ ਜਗ ਹਰ ਗੋਬਿੰਦ। ਮਹਾਂਮਨ ਵੱਡੇ ਵੀਰ ਸੂਰਮੇ ਅਗਨੀਏ ਅਗਨ ਸਰੂਪ ਅਰੀ ਵੈਰੀ ਬਨ ਜੰਗਲ ਜਾਰਤ ਭਸਮ ਕਰਤੇ ਹੈ ਬ੍ਰਿੰਦ ਸਮੂਹ ਕੋ ਜੋਤ ਪ੍ਰਕਾਸ਼ ਨਾਮ ਹੈਂਜੀ ਏਕ ਇੱਕ ਤਨ ਸਰੀਰ ਜਗ ਸੰਸਾਰ ਮੈਂ ਹਰਗੋਬਿੰਦ ਛੇਵੇਂ ਸਤਿਗੁਰੂ ਜੀ। ਮਹਾਂਵੀਰ ਅਗਨੀਏ ਤਨ ਅਰ ਬਨ ਜਾਰਤ ਬ੍ਰਿੰਦ ਮਹਾਂ ਵੱਡੇ ਵੀਰ ਸੂਰਮੇ ਯੋਧਾ ਅਗਨੀਏ ਹੈ ਪ੍ਰਕਾਸ਼ਨੀ ਹੈ ਪ੍ਰਕਾਸ਼ ਰੂਪ ਹੈ ਤਨ ਸਰੂਪ ਪ੍ਰਕਾਸ਼ਕ ਹੈ ਜਿਨ ਸਤਿਗੁਰੂ ਕਾ ਪ੍ਰਕਾਸ਼ ਉਜਾਲਾ ਹੈਂਜੀ ਕਰਨਹਾਰ ਦੋਨੋਂ ਹੀ ਏਕ ਹੈ। ਅਗਨੀ ਜੈਸੇ ਦਾਵਾ ਅਨਲ ਹੋ ਜੰਗਲ ਕੋ ਭਸਮ ਕਰੇ ਹੈ ਜਿਹੜੀ ਜੰਗਲ ਦੀ ਆਗਿਆ ਉਹਨੂੰ ਦਾਵਾ ਅਗਨੀ ਕਹਿੰਦੇ ਜਿਹੜੀ ਪੇਟ ਜਾਂ ਜਠਰ ਅਗਨੀ ਜਿਹੜੀ ਸਮੁੰਦਰ 'ਚੋਂ ਬੜਵਾਇਆ ਬੈਰੀਆਂ ਦੇ ਬਨ ਨੂੰ ਸਮੂਹ ਨੂੰ ਸਾੜਨ ਲਈ ਸਮਰੱਥ ਆ ਐਸੇ ਸੂਰਮੇ ਜੋਤ ਨਾਮ ਜੋ ਹੈ ਕਹਾ ਤਨ ਜਗ ਹਰਗੋਬਿੰਦ। ਫਿਰ ਕਹਿੰਦੇ ਸਤਿਗੁਰੂ ਜੀ ਕਿ ਬੈਰੀ ਰੂ ਬਨ ਕੋ ਜਰ ਨਾਸ ਕਰਨਾ ਰਹੇ ਜੈਸੇ ਸ਼੍ਰੀ ਸਤਿਗੁਰੂ ਹਰਗੋਬਿੰਦ ਜੀ ਸੰਸਾਰ ਮੈਂ ਹੈਨ ਜਗਤ ਵਿੱਚ ਹੈਨ। ਹਾਂਜੀ ਕਿਉਂਕਿ ਜਿਸ ਤਰ੍ਹਾਂ ਕਹਿੰਦੇ ਅੱਗ ਜਿਹੜੀ ਪ੍ਰਕਾਸ਼ਕ ਹੈ ਹਾਂਜੀ ਅਤੇ ਜਿਹੜਾ ਗੁਰੂ ਮਹਾਰਾਜ ਦਾ ਉਜਾਲਾ ਪ੍ਰਕਾਸ਼ ਹਾਂਜੀ ਤਨ ਸਰੂਪ ਪ੍ਰਕਾਸ਼ਕ ਹੈ ਮਹਾਂ ਵੱਡੇ ਵੀਰ ਸੂਰਮੇ ਯੋਧਾ ਅਗਨੀ ਹੈ ਪ੍ਰਕਾਸ਼ਨੀ ਹੈ ਤਨ ਸਰੂਪ ਪ੍ਰਕਾਸ਼ਕ ਹੈ ਜਿਨ ਸਤਿਗੁਰਾਂ ਪ੍ਰਕਾਸ਼ ਉਜਾਲਾ ਕਰਨਹਾਰ ਦੋਨੋਂ ਹੀ ਏਕ ਹੈ। ਅਗਨੀ ਜੈਸੇ ਦਾਵਾ ਅਨਲ ਕੋ ਅਨਲ ਹੋ ਦਾਵਾ ਅਗਨੀ ਹੋ ਜੰਗਲ ਕੋ ਪਾਸ ਕਰੇ ਹੈ ਐਸੇ ਬੈਰੀ ਰੂ ਬਨ ਕੋ ਜਾਰਨ ਨਾਸ ਕਰਨ ਹਾਰ ਤੈਸੇ ਸ਼੍ਰੀ ਸਤਿਗੁਰੂ ਹਰਗੋਬਿੰਦ ਜੀ ਜਗਤ ਮੈਂ ਹੈਨ। ਦੁਆਰਾ ਹਰੀ ਰਾਏ ਸਭ ਸਵਰਨ ਕੋ ਸੋ ਸਰੂਪ ਹਰ ਰਾਏ ਜਾ ਗੁਰਤਾ ਇਹ ਅਧਿਕਤਾ ਬੰਧੂ ਪੰਕਜ ਪਾਏ। ਹਰੀ ਈਸ਼ਵਰ ਰਾਏ ਰਾਜਾ ਸਭ ਸਾਰੇ ਸੁਰਨ ਕੋ ਦੇਵਤੇ ਕੋ ਸੋ ਸੋਈ ਸਮੂਹ ਬਿਗਰੈ ਉਹਨਾਂ ਦਾ ਸਰੂਪ ਹਰ ਰਾਏ ਗੁਰੂ ਸਪਤਮ ਜੀ ਹੈ ਜਗ ਸੰਸਾਰ ਕੀ ਗੁਰਤਾ ਗੁਰੂ ਤਾਈ ਵਡਿਆਈ ਅਧਿਕ ਜ਼ਿਆਦੇ ਹੈ ਬੰਦੋਂ ਪੰਕਜ ਪਾਏ ਐਸੇ ਗੁਰੂ ਕੇ ਚਰਨ ਕਮਲੋਂ ਕੋ ਵੰਦਨਾ ਕਰਤਾ ਹੂੰ। ਹਰੀ ਰਾਏ ਸਭ ਸੁਰਨ ਕੋ ਸੋ ਸਰੂਪ ਹਰ ਰਾਏ ਜੋ ਹਰੀ ਪਰਮਾਤਮਾ ਇੰਦਰਾਦਿਕ ਦੇਵਤੋਂ ਦਾ ਰਾਜਾ ਹੈ ਸੋਈ ਸਰੂਪ ਸ਼੍ਰੀ ਸਤਿਗੁਰੂ ਹਰ ਰਾਏ ਜੀ ਹੈ ਪਰੰਤੂ ਹਰੀ ਸੇ ਵੀ ਅਧਿਕਤਾ ਹੈ ਸਤਿਗੁਰੂ ਜੀ ਮੈਂ ਜਾਗੁਰਤਾ ਇਹ ਅਧਿਕਤਾ ਬੰਦੋਂ ਪੰਕਜ ਪਾਏ ਜਗਤ ਗੁਰਤਾ ਗੁਰਿਆਈ ਕੀ ਹੈ ਇਹ ਅਧਿਕਤਾ ਹੈ ਐਸੇ ਸਤਿਗੁਰੂ ਜੀ ਕੇ ਚਰਨ ਕਮਲੋਂ ਕੋ ਨਮਸਕਾਰ ਕਰਤਾ ਹੂੰ।
ਦੋਹਰਾ ਨਾਮ ਏਕ ਅਰਜੋਤ ਇੱਕ ਇਸ 'ਤੇ ਪਰੇ ਪਛਾਣ ਕਹੇ ਨਾਮ ਇੱਕ ਵਾਰ ਦਵੈ ਗੁਰ ਹਰਿ ਕ੍ਰਿਸ਼ਨ ਸੁਜਾਨ ਪਛਾਣ ਲਖੇ ਜਾਂਦੇ ਹੈ ਕਹੇ ਉਚਾਰੇ ਇੱਕ ਇੱਕੋ ਵਾਰੀ ਦਵੈ ਦੋਨੋਂ ਗੁਰ ਹਰਿ ਗੁਰੂ ਹਰਿ ਕ੍ਰਿਸ਼ਨ ਕ੍ਰਿਸ਼ਨ ਭਗਵਾਨ ਸੁਜਾਨ ਚਤੁਰਪੁਰਖ ਨਾਮ ਏਕ ਅਰਜੋਤ ਇੱਕ ਇਸ 'ਤੇ ਪਰੇ ਪਛਾਣ ਇੱਕ ਹੀ ਨਾਮ ਔਰ ਇੱਕ ਹੀ ਜੋਤ ਹੈ ਪਰੰਤੂ ਇਸੇ ਪਰ ਅਧਿਕਤਾ ਇਹ ਹੈ ਇੱਕ ਵਾਰ ਨਾਮ ਕਹਿੰਦੇ ਸੇ ਦੋਨੋਂ ਹੀ ਸ਼੍ਰੀ ਸਤਿਗੁਰੂ ਹਰਿ ਕ੍ਰਿਸ਼ਨ ਕਹਿ ਨਾਮ ਇੱਕ ਵਾਰ ਦੁਆ ਗੁਰ ਹਰਿ ਕ੍ਰਿਸ਼ਨ ਸੁਜਾਨ ਸ਼੍ਰੀ ਸਤਿਗੁਰੂ ਹਰਿ ਕ੍ਰਿਸ਼ਨ ਪੂਨਾ ਕ੍ਰਿਸ਼ਨ ਚਤੁਰ ਲੋਕ ਕਥਨ ਕਰਤੇ ਹੈ ਬਾਸ ਸ੍ਰੇਸ਼ਠ ਜਾਨੋ ਦੋਹਰਾ ਤੇਗ ਬਹਾਦਰ ਸਤਿਗੁਰ ਸਾਦਰ ਸਿਮਰਿਆ ਜੋਏ ਹਾਜ਼ਰ ਦੇਰ ਬਹੀਨ ਹੋਏ ਬੰਦੋਂ ਤਿੰਨ ਪਦ ਹੋਏ ਸਾਦਰ ਸਤਿਕਾਰਪੂਰਕ ਸਿਮਰੇ ਚਿੰਤਨ ਕਰੇ ਜੋਏ ਦੇਖ ਹਾਜ਼ਰ ਆਦਰ ਤੋਂ ਹਾਜ਼ਰ ਦੇਰਬੀਨ ਬਿਨਾਂ ਦੇਰੀ ਹੋਏ ਹੁੰਦਾ ਹੈ ਤਿੰਨ ਓਨ ਗੁਰੂ ਸਾਹਿਬ ਜੀ ਕੋ ਪਦ ਦੋਏ ਚਰਨ ਕਮਲ ਦੋਨੋਂ ਕੋ ਤੇਗ ਬਹਾਦਰ ਸਤਿਗੁਰ ਸਾਦਰ ਸਿਮਰੇ ਜੋਏ ਸ਼੍ਰੀ ਸਤਿਗੁਰੂ ਸਤਿਕਾਰਪੂਰ ਸੇਵਕੋ ਕੋ ਸਮਰਨ ਕਰੇ ਸੋ ਜੋਏ ਦੇਹ ਸੇ ਰਹਿਤ ਹਾਜ਼ਰ ਹੋ ਜਾਤੇ ਹੈ ਦੇਰੀ ਸੇ ਰਹਿਤ ਹਾਜ਼ਰ ਹੋ ਜਾਤੇ ਹੈ ਦੇਹ ਵਿੱਚ ਰਹਿੰਦਿਆਂ ਅਦੇਹ ਰੂਪ ਵੀ ਹੈ ਬਿਨਾਂ ਦੇਰੀ ਹਾਜ਼ਰ ਵੀ ਹੋ ਜਾਤੇ ਹੈ ਹਾਜ਼ਰ ਦੇਰ ਵਿਹੀਨ ਹੋਏ ਬੰਦੋਂ ਤਿੰਨ ਪਦ ਹੋਏ ਦੇਰੀ ਬਿਨਾਂ ਹਾਜ਼ਰ ਹੋ ਜਾਤੇ ਹੈ ਅਤੇ ਇਸ ਗੁਰੂ ਗਰੀਬ ਨਿਵਾਜ ਕੋ ਦੋਨੋਂ ਚਰਨ ਬੰਦਨਾ ਨਮਸਕਾਰ ਕਰਤਾ ਹੂੰ ਦੋਹਰਾ ਨਾਮ ਪਤਾ ਮੈਂ ਕੋ ਲਿਓ ਹਰ ਪਦ ਮ੍ਰਿਗ ਮਤ ਜਾਨ ਮ੍ਰਿਗ ਪਤ ਜਾਨ ਅਗਲ ਪਦ ਪਾਛੇ ਗਏ ਗੋਬਿੰਦ ਸਿੰਘ ਬਹਾਨ ਨਾਮ ਹਰਗੋਬਿੰਦ ਪਤਾਮੋ ਦਾਦਾ ਜੀ ਕਾ ਹਰ ਪਦ ਹਰ ਸ਼ਬਦ ਮ੍ਰਿਗ ਪਤ ਸਿੰਘ ਜਾਨ ਜਾਣੋ ਅਗਲ ਹਰ ਪਦ ਪਾਛੇ ਗਏ ਅੰਤ ਸਿੰਘ ਪਦ ਮਿਲ ਕੇ ਦੋਨੋਂ ਗੋਬਿੰਦ ਸਿੰਘ ਬਖਾਨ ਗੋਬਿੰਦ ਸਿੰਘ ਕਥਨ ਕਰੇ ਹੈ ਨਾਮ ਪਤਾਮੇ ਕੋ ਲਿਓ ਹਰ ਪਦ ਮ੍ਰਿਗ ਪਤ ਜਾਨ ਸ਼੍ਰੀ ਸਤਿਗੁਰੂ ਹਰਗੋਬਿੰਦ ਜੀ ਕੋ ਜੋ ਕਿ ਦਸ਼ਮੇਸ਼ ਜੀ ਕੇ ਪਿਤਾ ਮੈਂ ਦਾਦਾ ਜੀ ਕੇ ਉਚਾਰਨ ਕਰਨੇ ਸੇ ਹਰ ਪਦ ਤੋਂ ਮ੍ਰਿਗਰਾਜ ਮ੍ਰਿਗਰਾਜ ਨਾਮ ਹੁੰਦਾ ਸਿੰਘ ਕਾ ਹੈ ਔਰ ਅਗਲ ਪਦ ਪਾਛੇ ਕਰੇ ਗੋਬਿੰਦ ਸਿੰਘ ਹਰੀ ਨਾਮ ਸਿੰਘ ਦਾ ਨਾ ਹਰੀ ਪਿੱਛੇ ਕਰ ਦਿਓ ਗੋਬਿੰਦ ਅੱਗੇ ਕਰ ਦਿਓ ਅਤੇ ਬਣ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਅੱਗੇ ਲੇ ਬਹਿ ਪ੍ਰਿਥਮੇ ਪਦ ਕੋ ਪੀਛੇ ਉਚਾਰਨ ਕਰਨੇ ਪਰ ਗੋਬਿੰਦ ਸਿੰਘ ਕਥਨ ਕੀਤਾ ਜਾਣ ਲੀਜੀਏ ਅਗਲ ਪਦ ਪਾਛੇ ਕਹੇ ਗੋਬਿੰਦ ਸਿੰਘ ਬਹਾਨ ਫਿਰ ਗੋਬਿੰਦ ਸਿੰਘ ਕਿਹਾ ਜਾਂਦਾ ਹੈ ਦੋਹਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਹਾ ਜਾਂਦਾ ਹੈ ਦੋਹਰਾ ਨਵੇਂ ਵਾਰ ਨੂੰ ਰਾਜ ਸਭ ਸਭ ਸਤਿਗੁਰੂ ਮਨਾਏ ਬੀਸੋਂ ਪਦ ਅਰਵਿੰਦ ਕੋ ਵਾਰ ਵਾਰ ਸਿਰਨ ਆਏ ਬੀਸੋਂ ਬੀਸ ਦਸੋਂ ਸ਼੍ਰੀ ਸਤਿਗੁਰੂ ਕੇ ਚਰਨ ਅਰਬਿੰਦ ਕੋ ਕਬਲੋਂ ਕੋ ਵਾਰ ਵਾਰ ਪੁਨਾ ਪੁਨਾ ਸਿਰ ਸੀਸ ਨਿਆਏ ਮੈਨੇ ਨਿਵਾਏ ਕਰ ਨਵੀਂ ਵਾਰ ਨੂੰ ਰਾਜ ਸਾਹਿਬ ਸਭ ਸਤਿਗੁਰੂ ਨੇ ਕਵੀ ਜੀ ਕਹੇ ਹੈ ਸਭ ਸਤਿਗੁਰ ਸਾਹਿਬੋਂ ਕੋ ਮਨਾ ਕੇ ਮਨ ਮੈਂ ਔਰ ਬੀਸੋਂ ਚਰਨ ਕਮਲੋਂ ਕੋ ਵਾਰ ਵਾਰ ਸੀਸ ਨਿਵਾ ਕਰ ਬੀਸੋਂ ਪਦ ਅਰਬਿੰਦ ਕੋ ਵਾਰ ਵਾਰ ਸਿਰ ਨਿਆਏ ਨਿਵਾ ਕਰ ਆ ਔਰ ਮੈਂ ਨੌਵੀਂ ਰਾਸ ਕਾ ਕਥਨ ਕਰਤਾ ਹੂੰ ਦਸ ਗੁਰੂ ਹੋ ਗਏ ਨਾ ਦੋ ਦੋ ਚਰਨ ਹੋ ਗਏ ਵੀਹ ਬਣ ਗਏ
ਬੀਹਾਂ ਚਰਨਾਂ 'ਤੇ ਸਿਰ ਨਵਾ ਕੇ ਨੌਵੀਂ ਰਾਸ ਕੋ ਕਥਨ ਕਰਤਾ ਹੂੰ। ਇਤੀ ਨੌਵੀਂ ਰਾਸ ਮੰਗਲ ਸਮਾਪਤੰ ਸ਼ੁਭ ਅਸ ਮਸਤੂ। ਇਹ ਨੌਵੀਂ ਰਾਸ ਜਿਹੜੀ ਸੀ ਪੂਰੀ ਹੋ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।